ਸ਼ਬਦਾਂ ਦਾ ਜਾਦੂ ਹੁਸਨ ਦੇ ਜਾਦੂ ਨਾਲੋਂ ਵੀ ਵੱਧ ਕਾਰਗਰ ਹੁੰਦਾ। ਹੁਸਨ ਨੇੜੇ ਹੀ ਅੱਖਾਂ ਨੂੰ ਚੰਗਾ ਲੱਗਦਾ, ਪਰੰਤੂ ਸ਼ਬਦ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਫਾਹੀਆਂ ਸੁੱਟ ਲੈਂਦੇ ਨੇ। ਇਹ ਸ਼ਬਦ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨੇ, ਜੋ ਆਪਣੇ ਪਾਠਕਾਂ ਨੂੰ ਆਪਣੇ ਸ਼ਬਦਾਂ ਦੀਆਂ ਫਾਹੀਆਂ ਨਾਲ ਸੈਂਕੜੇ ਮੀਲ ਦੂਰ ਬੈਠਾ ਫਾਉਂਦਾ ਰਿਹਾ। ਪ੍ਰਸੰਨ ਲੰਮੀ ਉਮਰ, ਭਖਦੀ ਜੀਵਨ ਚੰਗਿਆੜੀ, ਸਾਡੇ ਵਾਰਸ, ਸਵੇ ਪੂਰਤਾਂ ਦੀ ਲਗਨ, ਚਿੱਠੀਆਂ ਜੀਤਾਂ ਦੇ ਨਾਂ, ਮੇਰੀਆਂ ਅਭੁੱਲ ਯਾਦਾਂ ਆਦਿ 50 ਤੋਂ ਵੱਧ ਵਾਰਤਕ ਨਾਟਕ ਦੇ ਕਹਾਣੀਆਂ ਦੀਆਂ ਕਿਤਾਬਾਂ ਅਤੇ ਰਸਾਲੇ ਪ੍ਰੀਤਲੜੀ 'ਚ ਗੁਰਬਖਸ਼ ਸਿੰਘ ਸ਼ਬਦਾਂ ਦੇ ਜਾਦੂ ਨਾਲ ਉੱਡਣੇ ਸੱਪ ਫੜਦਾ ਰਿਹਾ। ਆਪਣੀ ਜ਼ਿੰਦਗੀ ਦੀ ਕਹਾਣੀ ਮੇਰੀ ਜੀਵਨ ਕਹਾਣੀ 'ਚ ਭੈਣ ਬਾਲੋ, ਭੂਆ ਬਰਕਤੇ ਵਰਗੀਆਂ ਰੂਹਾਂ ਨੂੰ ਜਦੋਂ ਗੁਰਬਖਸ਼ ਸਿੰਘ ਦੀ ਕਲਮ ਨੇ ਸਜਦਾ ਕੀਤਾ ਤਾਂ ਪੜ੍ਹਨ ਵਾਲਿਆਂ ਨੂੰ ਇੰਝ ਲੱਗਿਆ ਜਿਵੇਂ ਭੂਆ ਬਰਕਤੇ ਨੇ ਉਹਨਾਂ ਨੂੰ ਕਲਾਵੇ 'ਚ ਲੈ ਕੇ ਉਹਨਾਂ ਦਾ ਮੱਥਾ ਚੁੰਮਿਆ ਹੋਵੇ, ਜਿਵੇਂ ਭੈਣ ਬਾਲੋ ਨੇ ਮਾਸਟਰ ਤੋਂ ਕੁੱਟ ਖਾ ਕੇ ਘਰ ਆਏ ਵੀਰੇ ਨੂੰ ਕਿਹਾ ਹੋਵੇ, ਮੇਰੇ ਵੀਰੇ ਤੋਂ ਚੰਗਾ ਹੋਰ ਕੌਣ ਹੋ ਸਕਦਾ। ਬੱਚਿਆਂ ਬਾਰੇ ਲਿਖੀ ਕਿਤਾਬ ਸਾਡੇ ਵਾਰਸ 'ਚ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਲੇਖ ਜਵਾਨ ਹੁੰਦੀ ਧੀ ਨਾਲ ਲਿੰਗ ਵਿਚਾਰ ਕਦੇ ਪੜ੍ਹ ਕੇ ਵੇਖਿਓ। ਕੋਈ ਨੰਗਾ ਲਫਜ਼ ਆਉਣਾ ਤਾਂ ਇੱਕ ਪਾਸੇ ਰਿਹਾ, ਇੰਝ ਲੱਗਦਾ ਜਿਵੇਂ ਪੜ੍ਹਨ ਵਾਲਾ ਕਿਸੇ ਵਾਗਰੇ ਚਸ਼ਮੇ ਦੇ ਪਾਣੀ ਦੀ ਕਲ ਕਲ ਸੁਣ ਰਿਹਾ ਹੋਵੇ। ਮਿਸ਼ੀਗਨ ਯੂਨੀਵਰਸਿਟੀ 'ਚ 1921 'ਚ ਪੜ੍ਹਦੇ ਸਮੇਂ ਉਹ ਆਪਣੀ ਘਰਵਾਲੀ ਨੂੰ 100-100 ਸਫ਼ਿਆਂ ਦੀਆਂ ਚਿੱਠੀਆਂ ਲਿਖਦਾ ਰਿਹਾ, ਜਿਨ੍ਹਾਂ ਦੀ ਬਾਅਦ 'ਚ ਚਿੱਠੀਆਂ ਜੀਤਾਂ ਦੇ ਨਾਂ ਕਿਤਾਬ ਵੀ ਛਪੀ। ਉਹ ਚਿੱਠੀਆਂ ਅੱਜ ਵੀ ਪ੍ਰੀਤਨਗਰ 'ਚ ਉਸਦੇ ਪੁੱਤਰ ਨੇ ਸਾਂਭੀਆਂ ਹੋਈਆਂ ਨੇ। ਇਹਨਾਂ ਚਿੱਠੀਆਂ ਨੂੰ ਪੜ੍ਹ ਕੇ ਬੰਦਾ ਹੈਰਾਨ ਹੁੰਦਾ ਕਿ ਕੋਈ ਆਪਣੀ ਘਰਵਾਲੀ ਨੂੰ ਇਹੋ ਜਿਹੇ ਸ਼ਬਦਾਂ 'ਚ ਵੀ ਚਿੱਠੀ ਲਿਖ ਸਕਦਾ ਕਿ ਪੜ੍ਹਨ ਵਾਲੇ ਦਾ ਜੀ ਕਰੇ ਉਹਨਾਂ ਸ਼ਬਦਾਂ ਨੂੰ ਰੂਹ ਦੀ ਕਿਸੇ ਕੋਠੜੀ 'ਚ ਕੈਦ ਕਰਕੇ ਉਹਨਾਂ ਨਾਲ ਜ਼ਿੰਦਗੀ ਦੀ ਸ਼ਤਰੰਜ ਖੇਡੇ। ਗੁਰਬਖਸ਼ ਸਿੰਘ ਦਾ ਸਭ ਤੋਂ ਵੱਡਾ ਚੰਗਿਆੜਾ ਪ੍ਰੀਤਨਗਰ ਸੀ। ਪ੍ਰੀਤਲੜੀ ਰਸਾਲੇ 'ਚ ਲਿਖਦਿਆਂ ਉਸਨੇ ਕਿਹਾ ਕਿ ਪ੍ਰੀਤਨਗਰ ਸਭਨਾਂ ਲਈ ਬਰਾਬਰੀ ਦੀ ਇੱਕ ਅਜਿਹੀ ਥਾਂ ਹੋਵੇਗੀ ਜਿੱਥੇ ਰਾਜੇ ਰੰਕ ਸਭ ਇੱਕੋ ਥਾਂ ਆਪਣੇ ਸਾਥੀਆਂ ਨਾਲ ਹੱਸ ਖੇਡ ਕੇ ਜ਼ਿੰਦਗੀ ਦੇ ਪੰਧ ਤੈਅ ਕਰਨਗੇ। ਪ੍ਰੀਤਨਗਰ 'ਚ ਨਾਟਕ, ਖੇਡਾਂ, ਪਿਕਨਿਕਾਂ ਅਤੇ ਪ੍ਰੀਤ ਮਿਲਣੀਆਂ ਹੁੰਦੀਆਂ ਅਤੇ ਗੁਰਬਖਸ਼ ਸਿੰਘ ਇਹਨਾਂ ਪ੍ਰੀਤ ਮਿਲਣੀਆਂ ਦਾ ਲਾੜਾ ਹੁੰਦਾ। ਜਵਾਹਰ ਲਾਲ ਨਹਿਰੂ ਵੀ ਪ੍ਰੀਤਨਗਰ ਦੇਖਣ ਵਾਸਤੇ ਆਇਆ। ਇੱਕ ਬਜ਼ੁਰਗ ਉਹਨਾਂ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕਰਦਾ ਦੱਸਦਾ ਕਿ 47 ਤੋਂ ਪਹਿਲਾਂ ਦੀ ਗੱਲ ਹੈ, ਉਹ ਆਪਣੀ ਮਾਂ ਦੀ ਉਂਗਲ ਫੜ ਕੇ ਜਦੋਂ ਪ੍ਰੀਤਨਗਰ 'ਚੋਂ ਲੰਘ ਰਿਹਾ ਸੀ ਤਾਂ ਉਸਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸਨੇ ਇੱਕ ਜਵਾਨ ਮੁੰਡੇ ਅਤੇ ਕੁੜੀ ਨੂੰ ਬੈਡਮਿੰਟਨ ਖੇਡਦੇ ਵੇਖਿਆ। ਉਸਦੀ ਮਾਂ ਉਸਨੂੰ ਕਹਿਣ ਲੱਗੀ, ਪੁੱਤ ਇਹਨਾਂ ਵੱਲ ਨਾ ਵੇਖ, ਇਹ ਹੋਰ ਧਰਤੀ ਦੇ ਬੰਦੇ ਨੇ। ਗੁਰਬਖਸ਼ ਸਿੰਘ ਬਾਰੇ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ ਸੀ ਦੱਸਦਾ, ਬਸ ਹੱਲ ਹੋ ਜਾਣ ਦਾ ਭਰਮ ਪੈਦਾ ਕਰ ਦਿੰਦਾ ਸੀ ਅਤੇ ਉਸਦੇ ਲੱਖਾਂ ਪਾਠਕ ਭਰਮ ਦੇ ਸਮੁੰਦਰ 'ਚ ਹੀ ਗੋਤੇ ਲਾ ਕੇ ਆਪਣਾ ਜਨਮ ਸਫਲਾ ਕਰਦੇ ਰਹੇ। ਪ੍ਰੀਤਨਗਰ ਵੀ ਉਸਦਾ ਇਸ ਤਰ੍ਹਾਂ ਹੀ ਪੈਦਾ ਕੀਤਾ ਇੱਕ ਭਰਮ ਸੀ। ਪ੍ਰੀਤਨਗਰ ਦੇ ਸੁਪਨੇ ਦੀ ਅਸਲੀਅਤ ਨੂੰ ਜਦੋਂ ਨਾਨਕ ਸਿੰਘ ਨੇ ਮੇਰੀ ਦੁਨੀਆ 'ਚ ਪੇਸ਼ ਕੀਤਾ ਤਾਂ ਲੱਗਾ ਜਿਵੇਂ ਸਿਖਰਾਂ 'ਤੇ ਪੁੱਜੇ ਨਾਟਕ ਦੀ ਸਟੇਜ ਡਿੱਗ ਪਈ ਹੋਵੇ। ਉਸਨੇ ਲਿਖਿਆ ਕਿ ਜਦੋਂ ਅਸੀਂ ਪ੍ਰੀਤਨਗਰ ਆਪਣੇ ਮਕਾਨਾਂ 'ਚ ਰਹਿਣ ਲਈ ਪੁੱਜੇ ਤਾਂ ਸਾਨੂੰ ਬੜੀ ਹੈਰਾਨੀ ਹੋਈ ਕਿ ਸਾਡੇ ਰਹਿਣ ਲਈ ਬਹੁਤ ਸ਼ਾਨਦਾਰ ਕੋਠੀਆਂ ਸਨ ਅਤੇ ਨੌਕਰਾਂ ਦੇ ਰਹਿਣ ਲਈ 1.5 ਮੰਜੇ ਦੀ ਇੱਕ ਕੱਚੀ ਕੋਠੜੀ ਸੀ। ਮੇਰੇ ਦਿਮਾਗ 'ਚ ਗੁਰਬਖਸ਼ ਸਿੰਘ ਦੇ ਉਹ ਸ਼ਬਦ ਗੂੰਜ ਰਹੇ ਸਨ ਕਿ ਅਸੀਂ ਆਪਣੇ ਹੱਥੀਂ ਗਾਰਾ ਢੋ ਕੇ ਮਕਾਨ ਬਣਾਵਾਂਗੇ। ਸਭਨਾਂ ਲਈ ਬਰਾਬਰੀ ਵਾਲਾ ਨਾਰਾ ਗੁਰਬਖਸ਼ ਸਿੰਘ ਦੇ ਨਵਾਬੀ ਠਾਠ ਅੱਗੇ ਗੋਡੇ ਟੇਕੀ ਖੜ੍ਹਾ ਸੀ। ਨਾਨਕ ਸਿੰਘ ਨੇ ਲਿਖਿਆ ਕਿ ਗੁਰਬਖਸ਼ ਸਿੰਘ ਦੀ ਖੋਰ ਖਾਸੀਅਤ ਹੈ ਕਿ ਉਹ ਆਪਣੀ ਕਿਸੇ ਵੀ ਗੱਲ ਨੂੰ ਕੱਟਣ ਵਾਲੇ ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਸਗੋਂ ਇੱਕ ਤਰ੍ਹਾਂ ਨਾਲ ਉਸਦੇ ਖਿਲਾਫ ਖੜ੍ਹਾ ਹੋ ਜਾਂਦਾ। ਉਹ ਪ੍ਰੀਤਨਗਰ ਵਿੱਚ ਮੀਟਿੰਗ ਸੱਦ ਕੇ ਕੋਈ ਨਵੀਂ ਸਕੀਮ ਬਾਰੇ ਦੱਸਦਾ ਅਤੇ ਕਹਿੰਦਾ ਕਿ ਇਸ 'ਚੋਂ ਸਾਨੂੰ 1,000 ਦਾ ਫਾਇਦਾ ਹੋਵੇਗਾ, ਪਰ ਕੋਈ ਸਕੀਮ ਸਿਰੇ ਨਾ ਚੜ੍ਹੀ ਅਤੇ ਨਾ ਹੀ ਕੋਈ ਬੱਚਤ ਹੋਈ। ਜਿਹੜੀਆਂ ਸਕੀਮਾਂ ਗੁਰਬਖਸ਼ ਸਿੰਘ ਦੇ ਸੁਪਨਿਆਂ ਦੀ ਗੱਡੀ ਚੜ੍ਹੀਆਂ ਉਹਨਾਂ 'ਚ ਬੀਮਾ ਕੰਪਨੀ, ਕਾਗਜ਼ ਫੈਕਟਰੀ, ਡੈਰੀ ਫਾਰਮ, ਸਾਬਣ ਫੈਕਟਰੀ, ਬੁਰਸ਼ ਫੈਕਟਰੀ, ਅਚਾਰ ਫੈਕਟਰੀ, ਮੁਰੱਬਾ ਫੈਕਟਰੀ, ਟਾਂਗਾ ਸਕੀਮ, ਤੇਲ ਮਿੱਲ,
ਚੌਲ ਮਿੱਲ, ਆਟਾ ਮਿੱਲ, ਘੋੜਾ ਬੱਸ ਸਰਵਿਸ ਅਤੇ ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਪ੍ਰੀਤਨਗਰ 'ਚ ਪ੍ਰੀਤ ਨੂੰ ਸਹਿਕਦੀਆਂ ਦਮ ਤੋੜ ਗਈਆਂ। ਹਰ ਸਕੀਮ ਆਪਣੇ ਨਾਲ ਪ੍ਰੀਤ ਸੈਨਾ ਦੇ 2-4 ਹਜ਼ਾਰ ਰੁਪਏ ਕੱਫਣ ਦੇ ਤੌਰ 'ਤੇ ਆਪਣੇ ਨਾਲ ਲੈ ਜਾਂਦੀ ਰਹੀ। ਘੋੜਾ ਸਕੀਮ ਦਾ ਹਾਲ ਸੁਣ ਲਓ। ਪ੍ਰੀਤਨਗਰ ਤੋਂ ਲਾਹੌਰ ਤੱਕ ਘੋੜਾ ਬੱਸ ਸਰਵਿਸ ਦੀ ਸਕੀਮ ਤਿਆਰ ਕੀਤੀ ਗਈ। ਲਾਹੌਰ ਦੀ ਕਿਸੇ ਵਰਕਸ਼ਾਪ ਤੋਂ 8 ਸੀਟਾਂ ਵਾਲੀ ਘੋੜਾ ਬੱਸ ਤਿਆਰ ਕਰਵਾਈ ਗਈ। 600-700 ਦਾ ਇੱਕ ਸ਼ਾਨਦਾਰ ਘੋੜਾ ਵੀ ਖਰੀਦਿਆ ਗਿਆ। ਅਕਲ ਵਾਲਾ ਆਦਮੀ ਸੋਚ ਸਕਦਾ ਸੀ ਕਿ ਕੱਚੀਆਂ ਲੀਹਾਂ ਵਿੱਚ ਮੋਟਰ ਜਿੰਨੀ ਭਾਰੀ ਬੱਸ ਨੂੰ ਘੋੜਾ ਇਕੱਲਾ ਕਿੱਦਾਂ ਖਿੱਚੇਗਾ। ਘੋੜਾ ਪਹਿਲੀ ਵਾਰੀ ਬੱਸ ਅੱਗੇ ਜੋਇਆ ਗਿਆ ਅਤੇ ਉਸੇ ਰਾਤ ਘੋੜਾ ਮਰ ਗਿਆ। ਨਾਨਕ ਸਿੰਘ ਨੇ ਲਿਖਿਆ ਕਿ ਗੁਰਬਖਸ਼ ਸਿੰਘ ਦੀ ਸਭ ਤੋਂ ਵੱਡੀ ਕਮੀ ਉਸਦਾ ਸ਼ੇਖ ਚਿੱਲੀਆਨਾ ਸੁਭਾਅ ਹੈ। ਨਵਾਬੀ 68-62 ਦੀ ਉਸਦੀ ਆਦਤ ਸਨਕ ਤੱਕ ਪੁੱਜੀ ਹੋਈ ਹੈ। ਆਪਣੇ ਪਾਠਕਾਂ ਨੂੰ ਟਰਕਾਉਣ ਵਿੱਚ ਉਹ ਬਹੁਤ ਮਾਹਿਰ ਹੈ। ਗੁਰਬਖਸ਼ ਸਿੰਘ ਆਪਣੀਆਂ ਲਿਖਤਾਂ 'ਚ ਇਸ ਗੱਲ ਦਾ ਪ੍ਰਚਾਰ ਕਰਦਾ ਰਿਹਾ ਕਿ ਕੰਮ ਕਾਰ ਸ਼ੁਰੂ ਕਰਨ ਲਈ ਸਰਮਾਏ ਦੀ ਲੋੜ ਨਹੀਂ ਹੁੰਦੀ, ਬਸ ਇੱਕ ਸੁਪਨਾ ਹੋਣਾ ਚਾਹੀਦਾ ਅਤੇ ਇਸਨੂੰ ਪੂਰਾ ਕਰਨ ਦੀ ਲਿੱਲ ਹੋਣੀ ਚਾਹੀਦੀ। ਪਰ ਦੂਜੇ ਪਾਸੇ ਉਸਦੇ ਭੇਤੀਆਂ ਨੇ ਲਿਖਿਆ ਕਿ ਉਸਦੇ ਸਿਰ 'ਤੇ ਲੱਖਾਂ ਦਾ ਕਰਜ਼ਾ ਸੀ ਅਤੇ ਉਸ ਕਰਜ਼ੇ ਨੂੰ ਉਤਾਰਨ ਲਈ ਹੋਰ ਕਰਜ਼ਾ ਲੈਂਦਾ ਰਹਿੰਦਾ ਸੀ। ਉਸਦਾ ਤਾਂ ਹਾਲ ਸੀ ਕਿ ਜਿਸ ਬੰਦੇ ਦੀ ਆਪਣੀ ਮੱਝ 2 ਕਿਲੋ ਦੁੱਧ ਦਿੰਦੀ ਸੀ ਉਹ ਦੂਜਿਆਂ ਨੂੰ ਫਾਰਮੂਲੇ ਦੱਸਦਾ ਸੀ ਕਿ ਮੱਝ ਕੋਲੋਂ 10 ਕਿਲੋ ਦੁੱਧ ਕਿਵੇਂ ਲਿਆ ਜਾਵੇ। ਗੁਰਬਖਸ਼ ਸਿੰਘ ਨੇ ਜਦੋਂ ਗੁਰੂ ਸਾਹਿਬ ਬਾਰੇ ਪਰਮਨੁੱਖ ਲੇਖ ਲਿਖਿਆ ਤਾਂ ਬਹੁਤ ਵੱਡਾ ਬਖੇੜਾ ਖੜ੍ਹਾ ਹੋ ਗਿਆ। ਸਿੱਖ ਜਗਤ ਵਿੱਚ ਰੋਹ ਪੈਦਾ ਹੋ ਗਿਆ। ਹਾਲਾਂਕਿ ਗੁਰਬਖਸ਼ ਸਿੰਘ ਨੇ ਇਸ ਮਾਮਲੇ ਵਿੱਚ ਪ੍ਰੀਤਲੜੀ ਵਿੱਚ ਲੇਖ ਲਿਖ ਕੇ ਮਾਫ਼ੀ ਵੀ ਮੰਗੀ। ਪਰ ਇਹਨਾਂ ਹੀ ਸਮਿਆਂ 'ਚ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਵੇਗਾ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਗੁਰਦੁਆਰਾ ਪੰਜਾ ਸਾਹਿਬ ਦੀ ਉਸਾਰੀ ਵੀ ਕਰਵਾਈ। ਅੱਜ ਗੁਰਦੁਆਰਾ ਪੰਜਾ ਸਾਹਿਬ ਦੀ ਜਿਹੜੀ ਇਮਾਰਤ ਅਸੀਂ ਵੇਖਦੇ ਹਾਂ ਇਸਦੇ ਥੜੇ ਦਾ ਲੈਂਟਰ ਗੁਰਬਖਸ਼ ਸਿੰਘ ਨੇ ਹੀ ਪਵਾਇਆ ਸੀ। ਭਾਈ ਕਾਨ ਸਿੰਘ ਨਾਭਾ ਵੀ ਇਸ ਮੌਕੇ ਕੀਤੀ ਅਰਦਾਸ ਵਿੱਚ ਸ਼ਾਮਲ ਹੋਏ ਸਨ। ਗੁਰਬਖਸ਼ ਸਿੰਘ ਜਦੋਂ ਅਮਰੀਕਾ ਪੜ੍ਹ ਕੇ ਆਇਆ ਤਾਂ ਪਹਿਲਾਂ ਪਹਿਲ ਅਮਰੀਕਾ ਦੇ ਸੋਹਲੇ ਗਾਉਂਦਾ ਰਿਹਾ, ਜਿਵੇਂ ਕੋਈ ਵਿਆਹ ਜਾ ਕੇ ਆਈ ਤੀਵੀਂ ਨਾਨਕਾ ਮੇਲ ਦੀ ਸਿਫਤ ਕਰੀ ਜਾਵੇ। ਫਿਰ ਉਸਦਾ ਝੁਕਾਅ ਰੂਸ ਵੱਲ ਹੋ ਗਿਆ ਅਤੇ ਉਸਨੇ ਕਾਮਰੇਡਾਂ ਵਾਲਾ ਝੰਡਾ ਚੱਕ ਲਿਆ। ਉਸਦੀ ਹਾਲਤ ਪਿੰਡ ਦੇ ਉਸ ਬੰਦੇ ਵਰਗੀ ਸੀ ਜਿਹੜਾ ਗੁਆਂਢ ਦੇ ਪਿੰਡ 'ਚ ਹੋਈ ਜੱਗ ਦੀਆਂ ਜਲੇਬੀਆਂ ਖਾ ਕੇ ਆਪਣੇ ਪਿੰਡ ਦੀ ਸੱਥ 'ਚ ਆ ਕੇ ਦੱਸੀ ਜਾਂਦਾ ਕਿ ਜ਼ਿੰਦਗੀ ਜਿਸ ਤੋਂ ਪਹਿਲਾਂ ਕਦੇ ਇੰਨੀਆਂ ਕਰਾਰੀਆਂ ਜਲੇਬੀਆਂ ਨਹੀਂ ਖਾਧੀਆਂ। ਗੁਰਬਖਸ਼ ਸਿੰਘ ਦੀ ਇੱਕ ਹੋਰ ਖਾਸੀਅਤ ਬਹੁਤ ਕਮਾਲ ਸੀ ਕਿ ਹਰ ਸਮੇਂ ਜੰਨ ਚੜ੍ਹੇ ਲਾੜੇ ਵਾਂਗ ਸਜਿਆ ਰਹਿੰਦਾ ਸੀ। ਕਿਸੇ ਨੇ ਉਸਨੂੰ ਕਦੇ ਬੇਤਿਆਰਾ ਨਹੀਂ ਸੀ ਵੇਖਿਆ। ਉਹ ਆਪਣੇ ਪਾਠਕਾਂ ਨੂੰ ਵੀ ਸੱਜ ਧੱਜ ਕੇ ਰਹਿਣ ਦੀ ਪ੍ਰੇਰਨਾ ਕਰਦਾ ਰਹਿੰਦਾ ਸੀ। ਗੁਰਬਖਸ਼ ਸਿੰਘ ਕਿੰਨਾ ਸੱਜ ਕੇ ਰਹਿੰਦਾ ਸੀ ਜੇ ਇਸ ਬਾਰੇ ਜਾਣਨਾ ਹੋਵੇ ਤਾਂ ਪਟਿਆਲੇ ਵਾਲੇ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਲੇਖ GS ਚੋਪੜਾ, ਮਤਲਬ ਕਿ ਗੁਰਬਖਸ਼ ਸਿੰਘ ਚੋਪੜਾ, ਪੜ੍ਹ ਕੇ ਵੇਖਿਓ। ਲੇਖ ਪੜ੍ਹ ਕੇ ਬੰਦੇ ਨੂੰ ਉਸ ਗੱਡੇ ਦੀ ਯਾਦ ਆ ਜਾਂਦੀ ਹੈ ਜਿਸ 'ਤੇ ਕਣਕ ਦੀਆਂ ਭਰੀਆਂ ਜਾਂ ਤੂੜੀ ਦੀਆਂ ਪੰਡਾਂ ਲੱਦ ਕੇ ਚੰਗੀ ਤਰ੍ਹਾਂ ਰੱਸਾ ਵਲ ਕੇ ਨਾਗ ਵਲ ਪਾਇਆ ਜਾਂਦਾ ਸੀ ਤਾਂ ਜੋ ਭਰੀਆਂ ਡਿੱਗਣ ਨਾ। ਗੁਰਬਖਸ਼ ਸਿੰਘ ਵੀ ਆਪਣੀ ਸ਼ਖਸੀਅਤ ਨੂੰ ਹਰ ਸਮੇਂ ਗੱਡੇ ਵਾਂਗ ਨਾਗ ਵਲ ਪਾ ਕੇ ਰੱਖਦਾ ਸੀ ਤਾਂ ਜੋ ਸਲੀਕੇ ਵਾਲੀਆਂ ਭਰੀਆਂ ਥੱਲੇ ਨਾ ਡਿੱਗ ਪੈਣ। ਜੋ ਵੀ ਸੀ, ਗੁਰਬਖਸ਼ ਸਿੰਘ ਨੇ ਪੰਜਾਬੀ ਦੇ ਲੱਖਾਂ ਹੀ ਪਾਠਕ ਪੈਦਾ ਕੀਤੇ। ਬਸ ਗੁਰਬਖਸ਼ ਸਿੰਘ ਦੀ ਲੇਖਣੀ ਦਾ ਇਹੀ ਨਜ਼ਾਰਾ ਸੀ ਕਿ ਉਹ ਥੋੜ੍ਹਾਂ 'ਚ ਫਸੇ ਜ਼ਿੰਦਗੀ ਤੋਂ ਅੱਕੇ ਬੰਦੇ ਨੂੰ ਉਸ ਦੁਨੀਆ 'ਚ ਲੈ ਜਾਂਦੀ ਸੀ ਜਿੱਥੇ ਪ੍ਰੀਤਾਂ ਦੇ ਪਹਿਰੇਦਾਰ ਪ੍ਰੀਤ ਦੇ ਸਮੁੰਦਰ 'ਚੋਂ ਜਦੋਂ ਉਸਨੂੰ ਬੁੱਕਾਂ ਭਰ ਭਰ ਕੇ ਪਿਆਉਂਦੇ ਸਨ ਤਾਂ ਉਸਦੀ ਹਾਲਤ ਜੀਤਾਂ ਦੇ ਨਾਲ ਲਿਖੀਆਂ ਚਿੱਠੀਆਂ ਦੇ ਉਹਨਾਂ ਸ਼ਬਦਾਂ ਵਰਗੀ ਹੋ ਜਾਂਦੀ ਸੀ ਜਿਹੜੇ ਕਿਸੇ ਦੀਆਂ ਉਦਾਸ ਰਾਤਾਂ 'ਚ ਚਾਵਾਂ ਦਾ ਚੰਨ ਬਣ ਕੇ ਚੜ੍ਹਦੇ ਸਨ।